ਜਿੱਥੇ ਪੂਰੀ ਦੁਨੀਆ ਰੱਬ ਨੂੰ ਪਾਉਣ ਦੇ ਲਈ ਮਰਦੀ ਆ, ਉੱਥੇ ਹਿੰਦੁਸਤਾਨ ਵਰਗੇ ਦੇਸ਼ ਦੇ ਵਿੱਚ ਹਰ ਤੀਜੀ ID ਇੰਸਟਾਗ੍ਰਾਮ 'ਤੇ ਰੱਬ ਦੀ ਆ, ਕਿਸੇ ਮਾਤਾ ਦੀ ਆ, ਕਿਸੇ ਪਿਤਾ ਦੀ ਆ। ਤੁਸੀਂ ਆਪ ਸੋਚ ਕੇ ਦੇਖੋ, ਰੱਬ ਨੂੰ ਪਾਉਣ ਦੇ ਲਈ ਤਰਸਦੇ ਆ, ਪਰ ਇੱਥੇ ਰੱਬ ਜੀਭਾਂ ਕੱਢ ਕੱਢ ਕੇ ਲਹੂ ਨਾ ਤਲਵਾਰਾਂ, ਕੋਈ ਬੱਕਰੇ ਪੀਂਦਾ ਗਾ, ਕੋਈ ਮੁਰਗੇ, ਕੋਈ ਕੁਛ, ਅੱਖਾਂ ਵੱਡੀਆਂ ਕਰਕੇ ਅੱਖਾਂ ਦੇ ਦੁਆਲੇ ਪਹਿਲਾਂ ਉਸ ਤਰ੍ਹਾਂ ਦਾ ਮੇਕਅਪ ਕੀਤਾ ਜਾਂਦਾ ਗਾ। ਯਾਨੀ ਕਿ ਲੋਕਾਂ ਦੇ ਨਾਲ ਜਿਹੜੇ ਦੇਵੀ ਦੇਵਤੇ ਆ ਉਹ ਡਾਇਰੈਕਟ ਰੂਬਰੂ ਹੁੰਦੇ ਆ, ਜਿਹੜੀਆਂ ਸ਼ਕਤੀਆਂ ਹੈ, ਜਿਹੜੀਆਂ ਸ਼ਕਤੀਆਂ ਇਹ ਦੁਨੀਆ ਨੂੰ ਚਲਾ ਰਹੀਆਂ ਹੈ, ਉਹ ਲੋਕਾਂ ਦੇ ਨਾਲ ਆਹਮਣੋ ਸਾਹਮਣੇ ਆ। ਲੋਕ ਮੱਥਾ ਟੇਕਦੇ ਆ ਕਿ ਇਹਦੇ ਵਿੱਚ ਸਾਡੀ ਫਲਾਨੀ ਮਾਤਾ ਆ ਗਈ, ਇਹਦੇ ਵਿੱਚ ਸਾਡਾ ਫਲਾਨਾ ਪਿਤਾ ਆ ਗਿਆ। ਤੁਸੀਂ ਆਪ ਸੋਚ ਕੇ ਦੇਖੋ, ਜਿਹੜੇ ਦੇਸ਼ ਦੇ ਵਿੱਚ ਡਾਇਰੈਕਟ ਰੱਬ ਦੇ ਨਾਲ ਗੱਲਬਾਤ ਹੁੰਦੀ ਹੋਵੇ ਲੋਕਾਂ ਦੀ, ਉਹ ਗਰੀਬ ਕਿਉਂ ਆ ਭਲਾ? ਦੇਖੋ, ਜਿਹੜੀ ਸ਼ਕਤੀ ਨੇ ਦੁਨੀਆ ਬਣਾਈ ਆ, ਜਿਹਨੇ ਪੈਸਾ ਬਣਾਇਆ, ਸਾਡੇ ਦੇਸ਼ ਦੇ ਵਿੱਚ ਪੈਸੇ ਵਾਲੀ ਵੀ ਦੇਵੀ ਆ, ਮਿਊਜ਼ਿਕ ਵਾਲੀ ਵੀ ਦੇਵੀ ਆ, ਪਤਾ ਨਹੀਂ ਕੀ ਕੀ, ਹਰ ਇੱਕ ਸਰੀਰ ਦੇ ਅੰਗ ਤੋਂ ਲੈ ਕੇ ਜੋ ਧੁੱਪ, ਛਾਂ, ਪਾਣੀ, ਮਿੱਟੀ, ਹਰ ਇੱਕ ਦੇ ਲਈ ਦੇਵੀ ਦੇਵਤੇ ਆ, ਔਰ ਸਾਰਿਆਂ ਦੇ ਨਾਲ ਕੰਟੈਕਟ ਦੇ ਵਿੱਚ ਆ ਲੋਕ, ਇੰਸਟਾਗ੍ਰਾਮ 'ਤੇ ਡਿਜੀਟਲ ਰੂਪ ਦੇ ਵਿੱਚ ਲੋਕ ਰੱਬਾਂ ਦੇ ਨਾਲ ਜੁੜੇ ਹੋਏ ਆ, ਮਾਤਾਵਾਂ ਦੇ ਦੇਵਤਿਆਂ ਦੇ ਨਾਲ ਜੁੜੇ ਹੋਏ ਆ, ਫਿਰ ਵੀ ਸਾਡਾ ਦੇਸ਼ ਗਰੀਬ ਆ। ਔਰ ਅਮੀਰ ਕੌਣ ਹੋ ਰਹੇ ਆ ਜਿਹੜੇ ਕਹਿ ਰਹੇ ਆ ਕਿ ਸਾਡੇ ਵਿੱਚ ਇਸ ਤਰ੍ਹਾਂ ਦੇ ਰੱਬ ਮਾਤਾ ਪਿਤਾ ਆ ਰਹੇ ਆ? ਬਾਕੀ ਲੋਕਾਂ ਦੀ ਹਾਲਤ ਉਹੀ ਆ ਜਿਹੜੀ ਅੱਜ ਤੋਂ 50 ਸਾਲ, 100 ਸਾਲ, 200 ਸਾਲ ਪਹਿਲਾਂ ਸੀਗੀ, ਪਰ ਉਹਨਾਂ ਦੇ ਹਾਲਾਤ, ਜਿਹੜੇ ਸਾਧ ਬਣਦੇ ਆ, ਬਾਬੇ ਬਣਦੇ ਆ, ਮਾਤਾ ਪਿਤਾ ਬਣਦੇ, ਉਹਨਾਂ ਦੇ ਹਾਲਾਤ ਜ਼ਰੂਰ ਬਦਲ ਜਾਂਦੇ ਆ। ਸੋਚ ਕੇ ਦੱਸਿਓ, ਜਿਹੜੇ ਦੇਸ਼ ਦੇ ਵਿੱਚ ਇੰਨੇ ਡਾਇਰੈਕਟ ਮਾਤਾ ਪਿਤਾਵਾਂ ਦੇ ਨਾਲ, ਲੋਕਾਂ ਦੇ ਭਗਵਾਨਾਂ ਦੇ ਨਾਲ ਕਨੈਕਟ ਹੋਣ, ਉਹ ਲੋਕ ਦਿਨੋਂ ਦਿਨ ਗਰੀਬ ਕਿਉਂ ਹੁੰਦਾ ਜਾ ਰਿਹਾ ਗਾ? ਇਹ ਹੋਣਾ ਤਾਂ ਅਮੀਰ ਚਾਹੀਦਾ ਗਾ। ਜਦੋਂ ਡਾਇਰੈਕਟ ਕਿਸੇ ਸ਼ਕਤੀ ਦੇ ਨਾਲ ਤੁਹਾਡਾ ਪਾਲਾ ਪੈ ਗਿਆ, ਤੁਹਾਨੂੰ ਉਹਨੇ ਚੀਜ਼ਾਂ ਦੱਸਤੀਆਂ, ਫਿਰ ਤੁਹਾਡੀ ਜ਼ਿੰਦਗੀ ਦੇ ਹਾਲਾਤ ਕਿਉਂ ਨਹੀਂ ਬਦਲਦੇ ਗਏ? ਸੋਚ ਕੇ ਆਪਣਾ ਕਮੈਂਟ ਜ਼ਰੂਰ ਕਰਨਾ। ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਹਾਂ ਪੰਜਾਬੀ ਸਟੇਟਸ ਗਰੁੱਪ।